ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਹਰ ਰੋਜ਼ ਦੀ ਤਰ੍ਹਾਂ ਅਸੀਂ ਖਬਰਾਂ ਲੈ ਕੇ ਹਾਜ਼ਰ ਹੋ ਗਏ ਹਾਂ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ। ਟੈਣਾ ਸਰ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਬੜੀ ਮਿਹਰਬਾਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਜੀ। ਸਰ, ਸਭ ਤੋਂ ਪਹਿਲਾਂ ਤਾਂ ਆਜ਼ਾਦੀ ਦਿਹਾੜੇ ਦੀ ਗੱਲ ਕਰਦੇ ਹਾਂ ਜੀ। ਕੱਲ ਭਾਰਤ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ ਔਰ ਇਸ ਮੌਕੇ ਦੇ ਉੱਪਰ ਜਦੋਂ ਲਾਲ ਕਿਲੇ ਦੇ ਉੱਪਰ ਤਿਰੰਗਾ ਲਹਿਰਾਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ, ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਲੀ ਵਾਰ ਵੀ ਮੈਂ ਹੀ ਤਿਰੰਗਾ ਲਹਿਰਾਵਾਂਗਾ। ਦੇਖੋ, ਪਹਿਲੀ ਗੱਲ ਤਾਂ ਇਹ ਜੀ ਕਿ ਕੱਲ ਭਾਰਤ ਦੇ ਵਿੱਚ 15 ਅਗਸਤ ਦੇ ਮੌਕੇ 77ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਵੱਖ ਵੱਖ ਨੇਤਾਵਾਂ ਦੇ ਵੱਲੋਂ ਵੱਖ ਵੱਖ ਥਾਵਾਂ ਤੇ ਤਿਰੰਗਾ ਲਹਿਰਾਇਆ ਗਿਆ। ਉਦਾਂ ਵੀ ਛੋਟੇ ਜਾਂ ਵੱਡੇ ਫੰਕਸ਼ਨ ਪੂਰੇ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ ਤੇ ਹੋਏ ਆ, ਵੱਖ ਵੱਖ ਥਾਵਾਂ ਦੇ ਉੱਤੇ ਛੁੱਟੀ ਵੀ ਸੀਗੀ। ਸੋ ਜਦੋਂ ਆਜ਼ਾਦੀ ਦਿਹਾੜਾ ਹੁੰਦਾ ਤੇ ਜਾਂ ਜਦੋਂ 26 ਜਨਵਰੀ ਹੁੰਦੀ ਆ ਤੇ ਉਦੋਂ ਆਪਾਂ ਜਾਣਦੇ ਵੀ ਰਾਸ਼ਟਰ ਪੱਧਰੀ ਸਮਾਗਮ ਮਨਾਏ ਜਾਂਦੇ ਆ ਤੇ ਫਿਰ ਕੱਲ੍ਹ ਵੀ ਮਨਾਇਆ ਗਿਆ ਸੀਗਾ। ਸੋ ਆਜ਼ਾਦੀ ਦੀ ਸਭ ਤੋਂ ਵੱਡੀ ਕੀਮਤ ਪੰਜਾਬੀਆਂ ਨੇ ਹੀ ਤਾਰੀ ਆ, ਆਪਾਂ ਜਾਣਦੇ ਇਹਦੇ ਬਾਰੇ, ਕਿਉਂਕਿ ਜਦੋਂ ਵੰਡ ਹੋਈ ਤੇ ਸਭ ਤੋਂ ਵੱਧ ਨੁਕਸਾਨ ਉਹਦੇ 'ਚ ਪੰਜਾਬ ਦਾ ਹੋਇਆ। ਸਭ ਤੋਂ ਵੱਧ ਪੂਰੇ ਭਾਰਤ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ, ਕਿਉਂਕਿ ਭਾਰਤ ਤੇ ਜਿਹੜਾ ਪਾਕਿਸਤਾਨ ਤੇ ਇਹਨਾਂ ਦੀ ਆਪਾਂ ਜਾਣਦੇ ਕਿ ਸਾਂਝ ਕੈਸੀ ਰਹੀ ਆ, ਤੇ ਕਿਉਂਕਿ ਜਦੋਂ ਇੱਕੋ ਹੀ ਪੰਜਾਬ ਸੀਗਾ ਤੇ ਜਦੋਂ ਲਾਹੌਰ ਵੀ ਪੰਜਾਬ ਦੇ ਵਿੱਚ ਹੁੰਦਾ ਸੀ ਤੇ ਫਿਰ ਜਦੋਂ ਵੰਡ ਹੋਈ ਤੇ ਕਤਲੇਆਮ ਵੀ ਸਭ ਤੋਂ ਵੱਧ ਪੰਜਾਬ ਦੇ ਵਿੱਚ ਹੀ ਹੋਇਆ। ਇੱਧਰੋਂ ਜਦੋਂ ਉੱਧਰ ਗਏ ਸਭ ਤੋਂ ਵੱਧ ਉੱਧਰਲੇ ਪਾਸੇ ਨੁਕਸਾਨ ਹੋਇਆ, ਉੱਧਰੋਂ ਜਦੋਂ ਇੱਧਰ ਆਏ ਇੱਧਰ ਵੀ ਬੜਾ ਨੁਕਸਾਨ ਹੋਇਆ। ਸੋ ਜੋ ਕੁਝ ਪੰਜਾਬ ਨੇ ਝੱਲਿਆ, 10 ਲੱਖ ਦੇ ਕਰੀਬ ਲੋਕ ਮਾਰੇ ਗਏ ਸੀ ਉਦੋਂ, ਉਹਦੇ ਵਿੱਚ ਪੰਜਾਬੀਆਂ ਦਾ ਕਿੰਨਾ ਵੱਡਾ ਹਿੱਸਾ ਸੀ ਆਪਾਂ ਇਹਦੇ ਬਾਰੇ ਜਾਣਦੇ ਹਾਂ। ਪਰ ਉਸ ਤੋਂ ਅਗਲੀ ਗੱਲ ਇਹ ਆ ਬਈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਤੇ ਲਾਲ ਕਿਲੇ ਦੇ ਉੱਤੇ 10ਵੀਂ ਵਾਰ ਲੰਘੇ ਕੱਲ ਤਿਰੰਗਾ ਲਹਿਰਾਇਆ ਗਿਆ, ਤੇ 10ਵੀਂ ਵਾਰ ਤਿਰੰਗਾ ਲਹਿਰਾਉਣ ਦੇ ਮੌਕੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਭਾਰਤ ਦੇ ਵਿੱਚੋਂ ਪਰਿਵਾਰਵਾਦ, ਤੁਸ਼ਟੀਕਰਨ ਤੇ ਬਾਕੀ ਕਈ ਚੀਜ਼ਾਂ ਖਤਮ ਕਰ ਰਹੇ ਹਾਂ ਤੇ ਕਰ ਦਿੱਤੀਆਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ 2024 ਦੇ ਵਿੱਚ ਵੀ ਮੈਂ ਹੀ ਇੱਥੇ ਆ ਕੇ ਤਿਰੰਗਾ ਲਹਿਰਾਵਾਂਗਾ। ਫਿਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ, ਆਉਂਦੇ 5 ਸਾਲ ਨੇ ਜਿਹੜੇ ਉਹ ਇਕਨੋਮਿਕ ਪੱਖ ਤੋਂ ਭਾਰਤ ਦੇ ਲਈ ਬਹੁਤ ਅਹਿਮੀਅਤ ਵਾਲੇ ਆ। ਜਦੋਂ 2047 ਦੇ 15 ਅਗਸਤ ਨੂੰ ਤਿਰੰਗਾ ਲਹਿਰਾਇਆ ਜਾਊਗਾ, 100 ਸਾਲ ਜਦੋਂ ਤੱਕ ਹੋ ਗਿਆ ਹੋਊਗਾ ਆਜ਼ਾਦੀ ਨੂੰ, ਉਦੋਂ ਤੱਕ ਦੇਸ਼ ਦੁਨੀਆਂ ਦਾ ਨੰਬਰ 1 ਬਣ ਚੁੱਕਿਆ ਹੋਊਗਾ, ਤੇ ਅਸੀਂ ਉਹ ਕਹਿੰਦੇ ਵੀ ਭਾਈ ਭਾਰਤ ਦੇ ਵਿੱਚ ਬੜਾ ਕੁਝ ਕਰਤਾ। ਤੇ ਉਹਨਾਂ ਨੇ ਕੱਲ ਇਹ ਵੀ ਗੱਲ ਕਹੀ ਹੈ, ਕਹਿੰਦੇ ਵੀ 2024 ਜਦੋਂ ਤਿਰੰਗਾ ਲਹਿਰਾਉਣ ਆਇਆ ਤਾਂ ਫਿਰ ਮੈਂ ਆਪਣੇ ਕੀਤੇ ਹੋਏ ਕੰਮਾਂ ਦਾ ਵੇਰਵਾ ਵੀ ਪੇਸ਼ ਕਰੂੰਗਾ। ਮੈਂ ਸੋਚੀ ਜਾਂਦਾ ਸੀ ਵੀ ਇਹਦੇ ਵਿੱਚ ਕਿਹੜਾ ਕੋਈ ਮੂਰਤ ਕਢਾਉਣਾ, ਜੇ ਵੇਰਵਾ ਹੀ ਪੇਸ਼ ਕਰਨਾ ਸੀ ਭਾਵੇਂ ਕੱਲ ਕਰ ਦਿੰਦੇ, ਰੋਕਿਆ ਕੀ ਨੇ ਸੀਗਾ। ਪਰ ਅਗਲੇ 5 ਸਾਲਾਂ ਦੀ ਗੱਲ ਵੀ ਆਪਾਂ ਕਰਨੀ ਆ, ਸੋ ਇਸ ਕਰਕੇ ਉਹਨਾਂ ਨੇ ਅਗਲੀ ਵਾਰ ਦੀ ਗੱਲ ਕਰਤੀ ਆ। ਪਰ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਕਿ ਭਾਈ ਮੈਂ ਅਗਲੀ ਵਾਰ ਵੀ ਤਿਰੰਗਾ ਲਹਿਰਾਉਣ ਆਊਂਗਾ, ਅਗਲੇ ਸਾਲ ਵੀ, ਯਾਨੀ ਕਿ 365 ਦਿਨਾਂ ਬਾਅਦ, ਤਾਂ ਫਿਰ ਮਲਲਿਕਾਰਜੁਨ ਖੜਗੇ ਜਿਹੜੇ ਕਿ ਕਾਂਗਰਸ ਦੇ ਸੀਨੀਅਰ ਨੇਤਾ, ਉਹਨਾਂ ਨੇ ਇਹ ਗੱਲ ਕਹੀ ਆ ਵੀ ਮੋਦੀ ਸਾਹਿਬ ਦੀਆਂ ਗੱਲਾਂ ਦੇ ਵਿੱਚੋਂ ਹੰਕਾਰ ਝਲਕਦਾ। ਅਗਲੀ ਵਾਰ ਉਹ ਲਾਲ ਕਿਲੇ ਤੇ ਨਹੀਂ ਸਗੋਂ ਆਪਣੇ ਘਰ ਦੀ ਛੱਤ ਦੇ ਉੱਤੇ ਤਿਰੰਗਾ ਲਹਿਰਾਉਣਗੇ, ਕਿਉਂਕਿ ਉਦੋਂ ਤੱਕ ਉਹ ਪ੍ਰਧਾਨ ਮੰਤਰੀ ਰਹਿਣੇ ਨਹੀਂ। ਹੁਣ ਇਹ ਵਕਤ ਦੱਸੂਗਾ ਵੀ ਇੰਡੀਆ ਗਠਜੋੜ ਜਿੱਤਦਾ ਜਾਂ NDA ਗਠਜੋੜ ਜਿੱਤਦਾ, ਸਮਾਂ ਬਿਆਨ ਕਰੂਗਾ ਸਥਿਤੀਆਂ। ਪਰ ਮੈਂ ਫਿਰ ਇਹ ਗੱਲ ਕਹਿਣਾ ਕਿ NDA ਗਠਜੋੜ ਨੂੰ ਹਰਾਉਣਾ ਇੰਡੀਆ ਗਠਜੋੜ ਦੇ ਇੰਨੀ ਛੇਤੀ ਵੱਸ ਦੀ ਗੱਲ ਨਹੀਂ ਆ, ਕਿਉਂਕਿ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪਲੈਨਿੰਗ ਕਰਕੇ ਚੱਲਣ ਵਾਲੇ ਲੋਕ ਆ, ਜਦਕਿ ਇੰਡੀਆ ਗਠਜੋੜ ਦੇ ਵਿੱਚ ਭਾਂਤ ਭਾਂਤ ਦੀ ਲੱਕੜੀ ਆ। ਆਪਾਂ ਜਾਣਦੇ ਵੀ ਭਾਈ ਜੇ ਤਾਂ ਹੋਵੇ ਇੱਕਜੁੱਟਤਾ, ਫਿਰ ਤਾਂ ਬਹੁਤ ਕੁਝ ਹੋ ਸਕਦਾ। ਇਹ ਤਾਂ ਲੜਦੇ ਹੀ ਰਹਿੰਦੇ ਆ, ਇਹਨਾਂ ਦੇ ਵਿਚਾਰ ਮਿਲਦੇ ਤਾਂ ਹੈ ਨਹੀਂ ਗੇ। ਮਿਲਦੇ ਇਸ ਕਰਕੇ ਨਹੀਂ ਕਿਉਂਕਿ ਕਿਸੇ ਦੀ ਕਿਸੇ ਸੂਬੇ ਦੇ ਵਿੱਚ ਕੋਈ ਸਾਂਝ ਹੈ ਤੇ ਕਿਸੇ ਦੀ ਕਿਸੇ ਸੂਬੇ ਦੇ ਵਿੱਚ ਕੋਈ ਵਿਚਾਰ ਹੈ। ਤੁਸੀਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਗੱਲ ਕਰ ਲਓ, ਇਹਨਾਂ ਦੋਹਾਂ ਪਾਰਟੀਆਂ ਦੀ ਅੜੀ ਫਸੀ ਵੀ ਕਿੰਨੀ ਆ, ਇਹਨਾਂ ਦੋਹਾਂ ਪਾਰਟੀਆਂ ਦੀ ਅਖੇ ਜੀ ਸਾਂਝ ਵੀ ਪੈ ਰਹੀ ਹੈ। ਤੇ ਇਸ ਤਰੀਕੇ ਦੇ ਨਾਲ ਜੇਕਰ ਹੋਊਗਾ ਤਾਂ ਇਹ ਤਾਂ BJP ਦੇ ਮੂਹਰੇ ਸਾਰਾ ਕੁਝ ਪਰੋਸ ਕੇ ਆਪੇ ਦੇਣ ਵਾਲੀ ਗੱਲ ਹੈਗੀ ਆ। ਸੋ ਸਮਾਂ ਦੱਸੂਗਾ ਜੀ, ਹਾਲੇ ਵੋਟਾਂ ਦੇ ਵਿੱਚ ਸਮਾਂ ਪਿਆ, ਪਰ ਗੱਲ ਇਹ ਵੀ 15 ਅਗਸਤ ਦੇ ਮੌਕੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਇਹਨਾਂ ਗੱਲਾਂ ਦੀ ਨੀਂਹ ਰੱਖ ਦਿੱਤੀ ਗਈ ਆ ਕਿ ਭਾਈ ਅਸੀਂ ਕੀ ਲੋਚਦੇ ਹਾਂ, ਅਸੀਂ ਕੀ ਸੋਚਦੇ ਹਾਂ, ਅਸੀਂ ਕੀ ਕਰਾਂਗੇ, ਅਸੀਂ ਕੀ ਕਰ ਦਿੱਤਾ ਹੈ। ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਆ ਵੀ ਦੇਸ਼ ਦੇ ਵਿੱਚ ਜੋ ਕੁਝ ਵੀ ਚੰਗਾ ਹੋਇਆ ਉਹ ਅਸੀਂ ਹੀ ਕੀਤਾ। ਉਹਨਾਂ ਨੇ ਤਾਂ ਇਹ ਵੀ ਗੱਲ ਕਹੀ ਆ ਵੀ ਦੇਸ਼ ਦੇ ਵਿੱਚ ਜੋ ਕੁਝ ਮਾੜਾ ਹੋਇਆ ਸੀ ਉਹ ਪਿਛਲੇ ਲੰਮੇ ਸਮੇਂ ਦੇ ਵਿੱਚ ਕਾਂਗਰਸ ਦੀ ਸਰਕਾਰ ਨੇ ਕੀਤਾ। ਸੋ ਮੈਂ ਕਦੇ ਕਦੇ ਹੈਰਾਨ ਹੁੰਦਾ ਵੀ 10 ਸਾਲ ਹੋ ਗਏ ਹੁਣ ਤਾਂ ਤੁਹਾਨੂੰ ਆਇਆਂ ਨੂੰ, ਪਰ ਤੁਸੀਂ ਫਿਰ ਪੁਰਾਣੀਆਂ ਗੱਲਾਂ। ਇਹ ਸਾਡੇ ਦੇਸ਼ ਦੀ ਬਦਕਿਸਮਤੀ ਆ, ਇਹ ਨਹੀਂ ਕਹਿੰਦੇ ਕਿ ਅਸੀਂ ਆਹ ਆਹ ਕਰ ਦਿੱਤਾ, ਇਹੀ ਕਹੀ ਜਾਂਦੇ ਹੁੰਦੇ ਪਿਛਲਿਆਂ ਨੇ ਕੁਝ ਨਹੀਂ ਕੀਤਾ। ਉਹ ਬਹੁਤ ਮਾੜੇ ਸਨ, ਉਹ ਤਾਂ ਲੋਕਾਂ ਨੇ ਚੁਣੇ ਹੀ ਨਹੀਂ, ਜੇਕਰ ਮਾੜੇ ਸਨ ਜਿਨ੍ਹਾਂ ਨੂੰ ਚੁਣਿਆ
ਉਹਨਾਂ ਨੇ ਗਰੀਬੀ ਕਿੰਨੀ ਕੁ ਮੁਕਾਈ, ਉਹਨਾਂ ਨੇ ਸਿਹਤ ਸਹੂਲਤਾਂ ਕਿੰਨੀਆਂ ਕੁ ਚੰਗੀਆਂ ਕੀਤੀਆਂ, ਸਿੱਖਿਆ ਢਾਂਚਾ ਕਿੰਨਾ ਕੁ ਵਧੀਆ ਕੀਤਾ, ਇਹਦੇ ਬਾਰੇ ਲੋਕਾਂ ਨੂੰ ਗਿਆਨ ਦੇਣਾ ਚਾਹੀਦਾ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ। ਖੈਰ ਉਧਰ ਹੁਣ ਪੰਜਾਬ ਦੀ ਗੱਲ ਵੀ ਕਰ ਲਈਏ ਜੀ। ਪੰਜਾਬ ਦੇ ਵਿੱਚ ਵੀ ਇਸ ਮੌਕੇ ਦੇ ਉੱਪਰ ਮੁੱਖ ਮੰਤਰੀ ਸਾਹਿਬ ਨੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਨੇ। ਇੱਕ ਤਾਂ ਉਹ ਕਹਿੰਦੇ ਨੇ ਕਿ ਜੇਕਰ ਪੰਚਾਇਤਾਂ ਜਿਹੜੀਆਂ ਨੇ ਸਰਬਸੰਮਤੀ ਦੇ ਨਾਲ ਚੁਣੀਆਂ ਜਾਂਦੀਆਂ ਨੇ ਤਾਂ ਫਿਰ ਅਸੀਂ ਇਨਾਮ ਵੀ ਦੇਵਾਂਗੇ। ਹਾਂ ਬਿਲਕੁਲ ਜੀ, ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਲੰਘੇ ਕੱਲ ਪਟਿਆਲਾ ਦੇ ਵਿੱਚ ਤਿਰੰਗਾ ਲਹਿਰਾਇਆ ਗਿਆ, ਤੇ ਪਟਿਆਲਾ ਦੇ ਵਿੱਚ ਉਹਨਾਂ ਨੇ ਤਿਰੰਗਾ ਲਹਿਰਾਉਣ ਦੇ ਮੌਕੇ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਦੀ ਚੋਣ ਆ ਜਿਹੜੀ ਪਿੰਡ ਵਾਸੀ ਉਹ ਬੰਦਾ ਵੇਖ ਕੇ ਕਰਨ, ਪਾਰਟੀ ਵੇਖ ਕੇ ਨਹੀਂ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਜਿਹੜਾ ਵੀ ਤੁਹਾਡੇ ਪਿੰਡ ਦੇ ਲਈ ਚੰਗਾ ਕੰਮ ਕਰਨ ਵਾਲਾ ਬੰਦਾ ਉਹਨੂੰ ਵੋਟਾਂ ਪਾਓ, ਤੇ ਨਾਲ ਹੀ ਇਹ ਗੱਲ ਕਹੀ ਹੈ ਵੀ ਭਾਈ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਊਗੀ ਉਸ ਪਿੰਡ ਨੂੰ 5 ਲੱਖ ਰੁਪਏ ਦਾ ਅਸੀਂ ਸਨਮਾਨ ਦੇਵਾਂਗੇ, 5 ਲੱਖ ਰੁਪਏ ਦੀ ਗ੍ਰਾਂਟ ਦੇਵਾਂਗੇ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ, ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ। ਲੰਘੇ ਕੱਲ ਉਹਨਾਂ ਨੇ ਨਸ਼ੇ ਦਾ ਮੁੱਦਾ ਵੀ ਛੇੜਿਆ ਇੱਥੇ, ਉਹ ਕਹਿੰਦੇ ਜੀ ਕਿ ਪੰਜਾਬ ਨੂੰ ਅਸੀਂ ਚਿੱਟਾ ਮੁਕਤ ਕਰ ਦੇਣਾ 1 ਸਾਲ ਦੇ ਵਿੱਚ ਵਿੱਚ, 2024 ਦੀ 15 ਅਗਸਤ ਤੱਕ ਪੰਜਾਬ ਚਿੱਟਾ ਮੁਕਤ ਹੋਇਆ ਹੋਊਗਾ। ਹਾਲਾਂਕਿ ਮੈਂ ਇਸ ਗੱਲ ਦੇ ਨਾਲ, ਇੰਨੀ ਵੱਡੀ ਗੱਲ ਦੇ ਨਾਲ ਇਉਂ ਸਹਿਮਤ ਤਾਂ ਨਹੀਂ ਆ ਵੀ ਇਉਂ ਚਿੱਟਾ ਮੁਕਤ ਪੰਜਾਬ ਇਕੱਲੀ ਗੱਲ ਦੇ ਨਾਲ ਨਹੀਂ ਹੁੰਦਾ ਗਾ, ਉਹਦੇ ਲਈ ਤਾਂ ਬਹੁਤ ਵੱਡੇ ਉਪਰਾਲੇ ਕਰਨੇ ਪੈਣਗੇ। ਆਪਾਂ ਤਾਂ ਲਾਂਭੇ ਹੀ ਦੇਈ ਜਾਂਦੇ ਹਾਂ ਵੀ ਭਾਈ ਉਹ ਪਰਲੇ ਪਾਰੋਂ ਆਉਂਦਾ ਜੀ ਚਿੱਟਾ, ਤੇ ਇੱਥੇ BSF ਦੀ ਗਿਣਤੀ ਨਹੀਂ ਸਹੀ ਹੈਗੀ, ਉਹ ਕਹਿ ਦਿੰਦੇ ਵੀ ਭਾਈ ਤੁਸੀਂ ਸੂਬੇ ਦੇ ਵਿੱਚ ਕਿਵੇਂ ਪਸਾਰਾ ਕਰ ਰਹੇ ਆ। ਸੋ ਹਾਲੇ ਤੱਕ ਤਾਂ ਲਾਂਭੇ ਚੱਲਦੇ ਆ, ਪਰ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਵੀ ਅਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਯੋਜਨਾ ਬਣਾਈ ਹੈ ਤੇ 1 ਸਾਲ ਦੇ ਵਿੱਚ ਵਿੱਚ ਪੰਜਾਬ ਨੂੰ ਚਿੱਟਾ ਮੁਕਤ ਕਰ ਦਿਆਂਗੇ। ਪਰ ਮੈਨੂੰ ਤਾਂ ਇੰਨਾ ਕੁ ਪਤਾ ਵੀ ਪੰਜਾਬ ਦੇ ਲੋਕਾਂ ਨੇ ਇਸ ਗੱਲ ਦਾ ਫੈਸਲਾ ਕੀਤਾ ਵੀ ਭਾਈ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਾਉਣਾ, ਕਿਉਂਕਿ ਥਾਂ ਥਾਂ ਦੇ ਉੱਤੇ ਆਪਾਂ ਜਾਣਦੇ ਵੀ ਹੁਣ ਠੀਕਰੀ ਪਰੇ ਲੱਗਦੇ ਰਾਤ ਦੇ ਵੇਲੇ, ਥਾਂ ਥਾਂ ਦੇ ਉੱਤੇ ਕਮੇਟੀਆਂ ਜਿਹੜੀਆਂ ਉਹ ਬਣੀਆਂ, ਥਾਂ ਥਾਂ ਦੇ ਉੱਤੇ ਮਤੇ ਪੰਚਾਇਤਾਂ ਪਾਸ ਕਰ ਰਹੀਆਂ, ਬਠਿੰਡੇ ਦੀ ਨਗਰ ਕੌਂਸਲ ਨੇ ਵੀ ਨਸ਼ਿਆਂ ਖਿਲਾਫ਼ ਮਤਾ ਪਾਸ ਕੀਤਾ। ਸੋ ਇੱਦਾਂ ਦੇ ਵੇਰਵੇ ਸਾਹਮਣੇ ਆ ਰਹੇ ਆ। ਬਾਕੀ ਗੱਲ ਇਹ ਵੀ ਲੰਘੇ ਕੱਲ ਸੀਤੋ ਨਾਂ ਦੀ ਇੱਕ ਬਜ਼ੁਰਗ ਮਾਤਾ ਦਾ ਵੇਰਵਾ ਸਾਹਮਣੇ ਆਇਆ, ਫਿਰੋਜ਼ਪੁਰ ਦੀ ਰਹਿਣ ਵਾਲੀ ਆ, 4 ਪੁੱਤ 10 ਮਹੀਨੇ ਦੇ ਵਿੱਚ ਨਸ਼ੇ ਦੇ ਕਰਕੇ ਮਰ ਗਏ ਆ। ਤੇ ਉਸ ਮਾਤਾ ਨੇ ਇਹ ਗੱਲ ਕਹੀ ਆ ਵੀ ਜੇਕਰ ਮੇਰੀਆਂ ਅੱਖਾਂ ਠੀਕ ਹੁੰਦੀਆਂ ਮੈਨੂੰ ਦਿਸਦਾ ਹੁੰਦਾ, ਮਾਤਾ ਨੂੰ ਦਿਸਦਾ ਨਹੀਂ ਗਾ, ਉਹ ਕਹਿੰਦੀ ਜੇਕਰ ਮੈਨੂੰ ਦਿਸਦਾ ਹੁੰਦਾ ਮੈਂ ਆਪਣੇ ਪੁੱਤਾਂ ਨੂੰ ਸ਼ਾਇਦ ਟੀਕੇ ਲਾਉਣ ਤੋਂ ਰੋਕ ਲੈਂਦੀ, ਨਸ਼ਾ ਵਰਤਣ ਤੋਂ ਰੋਕ ਲੈਂਦੀ। ਤੇ ਹੁਣ ਉਸ ਬਜ਼ੁਰਗ ਨੂੰ ਆਂਢ ਗੁਆਂਢ ਦੇ ਲੋਕ, ਖੇਤਰ ਦੇ ਲੋਕ ਆ ਜਿਹੜੇ ਉਹ ਰੋਟੀ ਪਾਣੀ ਦਿੰਦੇ ਆ, ਤੇ ਕੁਝ ਕੁ ਲੋਕਾਂ ਨੇ ਜਾ ਕੇ ਜਿਵੇਂ ਮਨਦੀਪ ਸਿੰਘ ਮੰਨਾ ਵਰਗੇ ਨੇ ਉਹਨਾਂ ਨੇ 1 ਲੱਖ ਰੁਪਇਆ ਉਸ ਬਜ਼ੁਰਗ ਨੂੰ ਵੀ ਦਿੱਤਾ, 3 ਮਹੀਨੇ ਦਾ ਰਾਸ਼ਨ ਵੀ ਦਿੱਤਾ। ਸੋ ਪੰਜਾਬੀ ਪੰਜਾਬੀਆਂ ਦੀ ਮਦਦ ਵੀ ਕਰਦੇ ਆ ਤੇ ਪੰਜਾਬੀ ਬਹੁਤ ਵੇਲੇ ਇਹੋ ਜਿਹੇ ਸੰਕਟ ਦੇ ਵਿੱਚ ਘਿਰਦੇ ਵੀ ਆ ਜਿਹਦੇ ਕਰਕੇ ਤਰਸ ਵੀ ਆਉਂਦਾ। ਸੋ ਇਹ ਮਾਤਾ ਚੜ੍ਹਦੀ ਕਲਾ ਦੇ ਵਿੱਚ ਰਹੇ, ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵੀ ਕਿਸੇ ਸਰਕਾਰ ਨੇ ਚਿੱਟਾ ਨਹੀਂ ਮੁਕਾਉਣਾ ਇਕੱਲੀ ਨੇ, ਇਹਨੂੰ ਅਸੀਂ ਸਾਰਿਆਂ ਨੇ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਮੁਕਾਉਣਾ, ਇਹਨੂੰ ਖਤਮ ਕਰਨਾ ਤਾਂ ਲੱਕ ਤੋੜਨਾ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ। ਇਹ ਰਾਜਨੀਤੀ ਦਾ ਵਿਸ਼ਾ ਨਹੀਂ, ਇਹ ਇਕੱਲਾ ਮੁੱਦਾ ਨਹੀਂ ਗਾ ਵੀ ਭਾਈ ਇਹਨੇ ਕਰ ਦਿੱਤਾ, ਨਸ਼ਾ ਅਕਾਲੀਆਂ ਨੇ ਫੈਲਾਇਆ, ਨਸ਼ਾ ਕਾਂਗਰਸ ਨੇ ਫੈਲਾਇਆ, ਨਸ਼ਾ ਆਪ ਨੇ ਫੈਲਾਇਆ। ਨਸ਼ਾ ਜਿਹੜਾ ਫੈਲ ਗਿਆ ਇਹਨੂੰ ਮੁਕਾਉਣਾ ਕਿਵੇਂ ਆ, ਆਪਣੇ ਫਰਜ਼ ਕਿਵੇਂ ਨਿਭਾਉਣੇ ਆ, ਅਕਾਲੀ ਕਾਂਗਰਸੀ ਆਪ ਬਸਪਾ ਫਲਾਂ ਢੀਂ ਜਿਹੜੇ ਬਾਕੀ ਬਾਅਦ ਦੀਆਂ ਗੱਲਾਂ, ਪਰ ਇਹ ਆ ਵੀ ਅਸੀਂ ਆਪੋ ਆਪਣਾ ਘਰ ਕਿਵੇਂ ਬਚਾਉਣਾ, ਆਪੋ ਆਪਣਾ ਪਿੰਡ ਕਿਵੇਂ ਬਚਾਉਣਾ ਤੇ ਆਪਣੇ ਆਪ ਨੂੰ ਕਿਵੇਂ ਬਚਾਉਣਾ। ਇਹਦੇ ਲਈ ਪੰਜਾਬੀਆਂ ਨੂੰ ਇਕਜੁੱਟ ਹੋਣਾ ਪਊਗਾ, ਕਿਉਂਕਿ ਰਾਜਨੀਤਿਕ ਲੋਕਾਂ ਨੇ ਤਾਂ ਕੁੱਕੜ ਖੇਡ ਆਉਣੀ ਆ, ਇਹਨਾਂ ਨੇ ਤਾਂ ਬਸ ਵੇਰਵੇ ਪੇਸ਼ ਕਰਨੇ ਆ, ਪਹਿਲਾਂ ਇਉਂ ਸੀ ਅਸੀਂ ਇਉਂ ਕਰ ਦਿੱਤਾ, ਪਹਿਲਾਂ ਇਉਂ ਹੁੰਦਾ ਸੀ ਫਿਰ ਅਸੀਂ ਸਾਡੀ ਸਰਕਾਰ ਆਈ ਸੀ ਤਾਂ ਆਹ ਕਰ ਦਿੱਤਾ। ਇਹ ਹਵਾ 'ਚ ਡਾਂਗਾ, ਪਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਤੇ ਪੰਜਾਬ ਦਾ ਹੋਰ ਨੁਕਸਾਨ ਨਾ ਹੋਵੇ ਇਹਦੇ ਕਰਕੇ ਇਕੱਲੇ ਇਕੱਲੇ ਪੰਜਾਬੀ ਨੂੰ ਜ਼ਿੰਮੇਵਾਰੀ ਨਿਭਾਉਣੀ ਪਊਗੀ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਟਹਿਣਾ ਸਾਹਿਬ। ਪਰ ਪੰਜਾਬ ਤੇ ਇੱਕ ਹੋਰ ਚਿੰਤਾਜਨਕ ਖਬਰ ਵੀ ਸਾਹਮਣੇ ਆ ਰਹੀ ਹੈ। ਕਹਿੰਦੇ ਭਾਖੜਾ ਡੈਮ ਦੇ ਵਿੱਚੋਂ ਪਾਣੀ ਛੱਡ ਦਿੱਤਾ ਗਿਆ ਜਿਹਦੇ ਕਰਕੇ ਖਤਰਾ ਬਹੁਤ ਜ਼ਿਆਦਾ ਵੱਧ ਗਿਆ ਹੁਣ। ਬਿਲਕੁਲ ਜੀ ਬਿਲਕੁਲ, ਇਹ ਗੱਲ ਤੁਹਾਡੀ ਸੱਚੀ ਹੈ ਵੀ ਭਾਖੜਾ ਡੈਮ ਤੋਂ ਤੇ ਕੱਲ ਪੌਂਗ ਡੈਮ ਤੋਂ ਪਾਣੀ ਛੱਡ ਦਿੱਤਾ ਗਿਆ। 1.5 ਲੱਖ ਕਿਊਸਕ ਪਾਣੀ ਹੈ ਜਿਹੜਾ ਉਹ ਪੌਂਗ ਡੈਮ ਤੋਂ ਛੱਡਿਆ ਗਿਆ। ਭਾਖੜਾ ਡੈਮ ਦੇ ਵੀ ਫਲੱਡ ਗੇਟ ਖੋਲ ਦਿੱਤੇ ਗਏ ਆ ਤੇ ਸ਼ਾਹਪੁਰ ਬੇਲਾ ਤੇ ਕਈ ਹੋਰ ਪਿੰਡ ਆ ਜਿਹੜੇ ਉਹ ਪਾਣੀ ਦੇ ਵਿੱਚ ਬਿਲਕੁਲ ਭਰ ਗਏ ਆ। ਤੇ ਉਹਨਾਂ ਪਿੰਡਾਂ ਦੇ ਲੋਕਾਂ ਨੇ ਗੱਲ ਕਹੀ ਹੈ ਵੀ ਸਾਡੇ ਨਾਲ ਜ਼ਿਆਦਤੀ ਹੋਈ ਹੈ, ਸਰਕਾਰ ਨੇ ਸਾਨੂੰ ਸੂਚਿਤ ਹੀ ਨਹੀਂ ਕੀਤਾ ਕਿ ਭਾਈ ਤੁਹਾਡੇ ਪਿੰਡ ਪਾਣੀ 'ਚ ਡੁੱਬ ਜਾਣੇ ਆ, ਤੁਹਾਡੇ ਲਈ ਅਸੀਂ ਪਾਣੀ ਛੱਡ ਰਹੇ ਹਾਂ। ਸਾਨੂੰ ਸਰਕਾਰ ਨੇ ਸੂਚਿਤ ਹੀ ਨਹੀਂ ਕੀਤਾ ਵੀ ਭਾਈ ਆਉਂਦੇ ਸਮੇਂ ਦੇ ਵਿੱਚ ਪਾਣੀ ਛੱਡਣਾ ਸਾਡੀ ਮਜਬੂਰੀ ਬਣ ਰਹੀ ਆ, 9 ਵਜੇ ਅਸੀਂ ਪਾਣੀ ਛੱਡਾਂਗੇ, ਤੇ ਨਾ ਹੀ ਸਰਕਾਰ ਦੇ ਵੱਲੋਂ ਸਾਡਾ ਸੁਰੱਖਿਅਤ ਥਾਂ ਦੇ ਉੱਤੇ ਜਾਣ ਦਾ ਪ੍ਰਬੰਧ ਕੀਤਾ ਗਿਆ। ਮੈਂ ਉਹ ਪਾਣੀ ਦੇਖਿਆ, ਇਉਂ ਲੱਗਦਾ ਵੀ ਉਹਨਾਂ ਪਿੰਡਾਂ ਦੇ ਵਿੱਚ ਪਾਣੀ ਨਹੀਂ ਵੜਿਆ, ਇਹ ਤਾਂ ਲੱਗਦਾ ਵੀ ਕੋਈ ਦਰਿਆ ਹੀ ਵੜ ਗਿਆ ਉਹਨਾਂ ਪਿੰਡਾਂ ਦੇ ਵਿੱਚ।
ਪਾਣੀ ਨਹੀਂ ਛੱਡਿਆ, ਅਸਲ ਦੇ ਵਿੱਚ ਕੋਈ ਨਦੀ ਜਾਂ ਦਰਿਆ ਹੀ ਛੱਡਤਾ ਉਹਨਾਂ ਪਿੰਡਾਂ ਦੇ ਵਿੱਚ, ਇਉਂ ਲੱਗਦਾ ਉਹਨੂੰ ਵੇਖ ਕੇ। ਸੋ ਦੁੱਖ ਹੋਇਆ ਜੀ, ਦੁਬਾਰਾ ਉਹ ਪਿੰਡ ਇੱਕ ਵਾਰ ਫਿਰ ਹੜ੍ਹ ਦੀ ਮਾਰ ਦੇ ਵਿੱਚ ਆ ਗਏ ਆ। ਲੰਘੇ ਕੱਲ ਹਰਜੋਤ ਸਿੰਘ ਬੈਂਸ ਨੇ ਗੱਲ ਕਹੀ ਹੈ, ਜਿਹੜੇ ਕੈਬਨਿਟ ਮੰਤਰੀ ਪੰਜਾਬ ਦੇ, ਉਹਨਾਂ ਨੇ ਕਿਹਾ ਜੀ ਕਿ ਮੈਂ ਆਪ ਵੀ ਇੱਥੇ ਹਾਂ ਹੜ੍ਹ ਪੀੜਿਤ ਖੇਤਰ ਦੇ ਵਿੱਚ, ਇਹ ਗੇਟ ਖੋਲ੍ਹਣੇ ਮਜਬੂਰੀ ਬਣ ਗਈ ਸੀ BBMB ਦੀ, ਅਤੇ ਉਹਨਾਂ ਨੇ ਕਿਹਾ ਜੀ ਕਿ ਸਾਡੀ ਸਰਕਾਰ ਹਰ ਸੰਭਵ ਮਦਦ ਕਰ ਰਹੀ ਹੈ ਅਤੇ ਅਸੀਂ ਮਦਦ ਕਰਾਂਗੇ ਵੀ। ਉਹਨਾਂ ਨੇ ਕਿਹਾ ਜੀ ਕਿ ਇਸ ਔਖੀ ਘੜੀ ਦੇ ਵਿੱਚ ਪੰਜਾਬੀ ਇੱਕ ਦੂਜੇ ਦੀ ਬਾਂਹ ਫੜਨ ਅਤੇ ਅਸੀਂ ਰਲ ਮਿਲ ਕੇ ਹੰਭਲਾ ਮਾਰ ਕੇ ਅਤੇ ਇਸ ਸੰਕਟ ਦੇ ਵਿੱਚੋਂ ਵੀ ਨਿਕਲ ਗਏ। ਉਹਨਾਂ ਨੇ ਆਹ ਗੱਲ ਕਹੀ ਆ। ਅਤੇ ਬਾਕੀ ਇਹ ਵੀ ਲੋਕ ਸਵਾਲ ਕਰਦੇ ਵੀ ਭਾਈ ਤੁਸੀਂ ਅਗਾਊਂ ਪ੍ਰਬੰਧ ਕਿਉਂ ਨਹੀਂ ਕਰਦੇ ਗੇ? ਸਾਡੇ ਸੂਬੇ ਦੇ ਵਿੱਚ ਅਗਾਊਂ ਪ੍ਰਬੰਧ ਤਾਂ ਕਿਸੇ ਵੀ ਗੱਲ ਦੇ ਨਹੀਂ ਹੁੰਦੇ, ਸਿਰਫ ਚੋਣਾਂ ਦੇ ਹੀ ਅਗਾਊਂ ਪ੍ਰਬੰਧ ਹੁੰਦੇ ਆ, ਹੋਰ ਤਾਂ ਕਦੇ ਕਿਸੇ ਚੀਜ਼ ਦੇ ਅਗਾਊਂ ਪ੍ਰਬੰਧ ਹੋਏ ਵੀ ਨਹੀਂ। ਸੋ ਅਸੀਂ ਅਰਦਾਸ ਕਰਦੇ ਹਾਂ ਵੀ ਸਭ ਕੁਝ ਠੀਕ ਹੋਵੇ, ਪਰ ਗੱਲ ਇਹ ਵੀ ਫਸਲਾਂ ਇੱਕ ਵਾਰੀ ਫਿਰ ਮਾਰ ਦੇ ਵਿੱਚ ਆ ਗਈਆਂ, ਇੱਥੇ ਇੱਕ ਵਾਰੀ ਫਿਰ ਹੜ੍ਹ ਵਰਗੀ ਸਥਿਤੀ ਬਣ ਗਈ ਆ। ਅਤੇ ਬਾਕੀ ਹੜ੍ਹੇ ਉਹ ਕਾਰਨ ਇਹ ਜੀ ਕਿ ਫਲੱਡ ਗੇਟ ਇਸ ਕਰਕੇ ਖੋਲ੍ਹੇ ਗਏ ਆ ਕਿਉਂਕਿ ਪਾਣੀ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀਗਾ, ਪੌਂਗ ਡੈਮ ਦੇ ਵਿੱਚ ਵੀ ਅਤੇ ਭਾਖੜਾ ਡੈਮ ਦੇ ਵਿੱਚ ਵੀ, ਅਤੇ ਉੱਧਰ ਹਿਮਾਚਲ ਪ੍ਰਦੇਸ਼ ਦੇ ਵੱਲ ਲਗਾਤਾਰ ਮੀਂਹ ਪੈਣ ਦੇ ਕਰਕੇ ਅਤੇ ਪੰਜਾਬ ਦੇ ਵਿੱਚ ਜਦੋਂ ਪਾਣੀ ਆਉਂਦਾ ਅਤੇ ਇਹ ਥਾਵਾਂ ਭਰ ਗਈਆਂ ਸੀ, ਓਵਰਫਲੋ ਹੋ ਗਈਆਂ ਸੀ, ਜਿਹਦੇ ਕਰਕੇ ਉਹ ਕਹਿੰਦੇ ਵੀ ਸਾਰਾ ਕੁਝ ਕਰਨਾ ਪਿਆ ਜੀ। ਜੀ ਬਿਲਕੁਲ, ਤੇ ਟਿਹਣਾ ਸਾਹਿਬ ਹਿਮਾਚਲ ਪ੍ਰਦੇਸ਼ ਦੀ ਤੁਸੀਂ ਗੱਲ ਕੀਤੀ, ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ। ਖਬਰ ਆ ਰਹੀ ਹੈ ਕਿ ਸ਼ਿਮਲਾ ਤੋਂ ਇੱਕ ਕੁੜੀ ਜਿਹੜੀ ਹੈ ਮਲਬੇ ਥੱਲੇ ਜਿਉਂਦੀ ਮਿਲੀ ਹੈ ਜੀ। ਹਾਂ ਬਿਲਕੁਲ ਜੀ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਵੱਖ ਵੱਖ ਥਾਵਾਂ ਤੇ ਮੀਂਹ ਪੈ ਰਿਹਾ, ਲੈਂਡ ਸਲਾਈਡਿੰਗ ਹੋ ਰਹੀ ਆ, ਬੱਦਲ ਫਟ ਰਹੇ ਆ, ਜਿਹਦੇ ਕਰਕੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ। ਹੁਣ ਵੀ ਮੌਤਾਂ ਦੀਆਂ ਖਬਰਾਂ ਆ ਰਹੀਆਂ ਕਿਉਂਕਿ ਸ਼ਿਮਲਾ ਦੇ ਵਿੱਚ ਜਿਹੜਾ ਸ਼ਿਵਜੀ ਮੰਦਿਰ ਆ ਉੱਥੇ ਪਤਾ ਲੱਗਾ ਜੀ ਕਿ ਮਲਬੇ ਦੇ ਵਿੱਚੋਂ ਹੋਰ ਕਈ ਲਾਸ਼ਾਂ ਨਿਕਲ ਗਈਆਂ, ਪਰ ਇੱਕ ਥਾਂ ਦੇ ਉੱਤੇ ਜਦੋਂ ਮਲਬਾ ਫਰੋਲਿਆ ਤਾਂ ਉਹਦੇ ਵਿੱਚੋਂ 5-6 ਘੰਟਿਆਂ ਬਾਅਦ ਇੱਕ ਜਵਾਨ ਜਿਹੜੀ ਕੁੜੀ ਆ ਉਹ ਜਿਉਂਦੀ ਨਿਕਲੀ ਆ, ਉਹਦੀ ਜ਼ਿੰਦਗੀ ਬਚ ਗਈ ਆ। ਸੋ ਇਹ ਜੀ ਕਿ ਪਰ ਸਾਰਿਆਂ ਦੀ ਕਿਸਮਤ ਇੰਨੀ ਚੰਗੀ ਨਹੀਂ ਕਿ ਸਭ ਦੀ ਜ਼ਿੰਦਗੀ ਉੱਥੇ ਬਚੀ ਹੋਵੇ। ਅਤੇ ਮੌਸਮ ਵਿਭਾਗ ਨੇ ਗੱਲ ਕਹੀ ਆ ਕਿ ਸ਼ਿਮਲੇ ਦਾ ਜਾਂ ਹਿਮਾਚਲ ਦੇ ਕਿਸੇ ਵੀ ਖੇਤਰ ਦਾ ਹਾਲੇ ਸਫ਼ਰ ਨਾ ਕੀਤਾ ਜਾਵੇ, ਇਹ ਬੜਾ ਉੱਥੇ ਖਤਰਨਾਕ ਦੌਰ ਹੈਗਾ। ਅਤੇ ਉਹ ਕਹਿੰਦੇ ਜੀ ਕਿ ਹਾਲੇ ਰੁਕ ਕੇ ਮੌਸਮ ਦੇ ਬਾਰੇ ਚੰਗੀ ਤਰ੍ਹਾਂ ਵਾਚ ਕਰਕੇ ਵੀ ਕੀ ਮੌਸਮ ਵਿਭਾਗ ਕਹਿੰਦਾ ਅਤੇ ਕੀ ਬਣ ਰਿਹਾ, ਇਹਦੇ ਬਾਰੇ ਫਿਕਰਮੰਦੀ ਵੀ ਉਹਨਾਂ ਨੇ ਕਿਹਾ, ਅਤੇ ਸਾਰਾ ਕੁਝ ਦੇਖ ਕੇ ਹੀ ਤੁਰਿਆ ਜਾਵੇ। ਉੱਦਾਂ ਇੱਕ ਵੀ ਜਾਣਕਾਰੀ ਮਿਲੀ ਹੈ ਕਿ ਜਿਹੜੀ ਹਿਮਾਚਲ ਦੀ ਟੂਰਿਸਟ ਇੰਡਸਟਰੀ ਹੈ ਉਹ ਬਿਲਕੁਲ ਹੀ ਇਸ ਵੇਲੇ ਖਤਰੇ ਦੇ ਵਿੱਚ ਹੈ, ਕਿਉਂਕਿ ਉੱਥੇ 50% ਔਫ ਲਾ ਕੇ ਵੀ ਕਮਰੇ ਹੁਣ ਚੜ੍ਹ ਨਹੀਂ ਰਹੇ ਹੋਟਲਾਂ ਦੇ, ਕਿਰਾਏ ਦੇ ਉੱਤੇ ਕੋਈ ਲੈ ਨਹੀਂ ਰਿਹਾ, ਕਿਉਂਕਿ ਬੰਦਾ ਜਾਊ ਕਿਉਂ, ਬੰਦਾ ਘੁੰਮਣ ਚੱਲਿਆ ਮਰਨ ਥੋੜ੍ਹੀ ਚੱਲਿਆ। ਸੋ ਇਸ ਕਰਕੇ ਉੱਥੇ ਜਦੋਂ ਢਿੱਗਾਂ ਡਿੱਗ ਰਹੀਆਂ ਹੋਣ, ਮੀਂਹ ਲਗਾਤਾਰ ਪੈ ਰਿਹਾ ਹੋਵੇ, ਲੋਕ ਜਿਹੜੇ ਉਹ ਸੜਕਾਂ ਤੇ ਜਾਮ ਦੇ ਵਿੱਚ ਫਸੇ ਹੋਣ, ਲਗਾਤਾਰ ਸੜਕਾਂ ਟੁੱਟ ਰਹੀਆਂ ਹੋਣ, ਤੇ ਫਿਰ ਬੰਦਾ ਜਾਣ ਤੋਂ ਗੁਰੇਜ਼ ਵੀ ਕਰਦਾ। ਸੋ ਇਹ ਇੰਡਸਟਰੀ ਵੀ ਬਚੀ ਰਹੇ ਤੇ ਕੁਦਰਤ ਲਈ ਵੀ ਸਵੱਲੀ ਨਜ਼ਰ ਹੋਵੇ, ਤੇ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ। ਜੀ ਬਿਲਕੁਲ, ਤਰਨ ਤਾਰਨ ਤੋਂ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ ਜੀ, ਔਰ ਇਸ ਖਬਰ ਦੇ ਬਾਬਤ ਚਰਚਾ ਵੀ ਬਹੁਤ ਜ਼ਿਆਦਾ ਹੋ ਰਹੀ ਹੈ। ਕਹਿੰਦੇ ਇੱਕ ਬਾਪ ਨੇ ਹੀ ਆਪਣੇ ਪੁੱਤ ਨੂੰ ਕਤਲ ਕਰ ਦਿੱਤਾ ਜੀ ਇੱਥੇ। ਬਿਲਕੁਲ ਬਿਲਕੁਲ, ਮੈਂ ਜੀ ਕਦੇ ਕਦੇ ਖੁਦ ਹੈਰਾਨ ਹੁੰਦਾ, ਕਦੇ ਤਾਂ ਖਬਰ ਆ ਜਾਂਦੀ ਹੈ ਮੁੱਛਲ ਪਿੰਡ ਤੋਂ ਵੀ ਭਾਈ ਇੱਥੇ ਇੱਕ ਬੰਦੇ ਨੇ ਆਪਣੀ 20 ਸਾਲ ਦੀ 18-20 ਸਾਲ ਦੀ ਕੁੜੀ ਮਾਰਤੀ ਹੈ, ਇਸ ਕਰਕੇ ਕਿਉਂਕਿ ਅਣਖ ਦੀ ਖਾਤਰ ਕਤਲ ਕੀਤਾ ਉਹਨੇ, ਕੁੜੀ ਰਾਤ ਰਹਿ ਕੇ ਆਈ ਸੀ ਕਿਤੇ ਤੇ ਬਾਅਦ ਦੇ ਵਿੱਚ ਉਹਨੇ ਕੁੜੀ ਮਾਰਤੀ, ਕਹਿੰਦਾ ਵੀ ਆਪਾਂ ਤਾਂ ਐਂ ਅਣਖ ਵਾਲੇ ਬੰਦੇ ਹਾਂ ਤੇ ਆਪਾਂ ਤਾਂ ਇਉਂ ਹੀ ਕਤਲ ਕਰਦੇ ਹੁੰਦੇ ਹਾਂ। ਉਹਦਾ ਚਲੋ ਪ੍ਰਸੰਗ ਵੱਖਰਾ ਸੀ, ਪਰ ਬੰਦੇ ਨੇ ਬੰਦੇ ਦੀ ਜਾਨ ਲਈ, ਆਪਦੀ ਧੀ ਦੀ ਜਾਨ ਲਈ ਉੱਥੇ ਇਹ ਖਬਰ ਸੀ। ਆਹ ਹੁਣ ਤਰਨ ਤਾਰਨ ਦੇ ਵੱਲੋਂ ਖਬਰ ਆ ਗਈ ਹੈ, ਇੱਥੇ ਇੱਕ ਬੰਦੇ ਨੇ ਪੁਲਿਸ ਦੇ ਕੋਲੇ ਜਾ ਕੇ ਸ਼ਿਕਾਇਤ ਦਰਜ ਕਰਵਾਈ, ਕਹਿੰਦਾ ਜੀ ਮੈਂ ਮੋਟਰਸਾਈਕਲ ਦੇ ਉੱਤੇ ਆਪਣੀ ਭੈਣ ਨੂੰ ਮਿਲਣ ਚੱਲਿਆ ਸੀ ਤੇ ਨਾਲ ਮੇਰਾ ਪੁੱਤ ਵੀ ਸੀਗਾ 3 ਸਾਲ ਦਾ, ਅੰਗਰੇਜ਼ ਸਿੰਘ ਬੋਸ ਬੰਦੇ ਦਾ ਨਾਂ ਹੈਗਾ। ਉਹ ਕਹਿੰਦਾ ਮੇਰਾ ਮੁੰਡਾ ਗੁਰਸੇਵਕ ਸਿੰਘ ਵੀ ਨਾਲ ਸੀ, ਰਾਹ ਦੇ ਵਿੱਚ ਕਾਰ ਤੇ ਆਏ ਕੁਝ ਲੋਕ, ਉਹਨਾਂ ਨੇ ਮੇਰੀ ਜੇਬ ਦੇ ਵਿੱਚੋਂ ਸਾਰੇ ਪੈਸੇ ਕੱਢ ਲਏ, ਮੇਰਾ ਮੋਬਾਈਲ ਲੈ ਗਏ ਤੇ ਕਹਿੰਦੇ ਪੈਸੇ ਹੋਰ ਦੇ, ਤੇ ਮੇਰੇ ਕੋਲੇ ਪੈਸੇ ਹੈ ਨਹੀਂ ਸੀ, ਉਹ ਜਾਂਦੇ ਹੋਏ ਮੇਰੇ ਮੁੰਡੇ ਨੂੰ ਅਗਵਾਹ ਕਰਕੇ ਲੈ ਗਏ ਆ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ, ਪਰ ਪਿਓ ਦੇ ਉੱਤੇ ਸ਼ੱਕ ਹੋ ਗਿਆ ਕਿਉਂਕਿ ਕਦੇ ਉਹ ਕਹਿੰਦਾ ਸੀ ਕਿ ਫਲਾਣੀ ਥਾਂ ਦੇ ਉੱਤੇ ਸਾਡਾ ਮੋਟਰਸਾਈਕਲ ਰੋਕ ਲਿਆ, ਕਦੇ ਹੋਰ ਲੋਕੇਸ਼ਨ ਬਦਲ ਦਿੰਦਾ ਸੀ, ਕਦੇ ਕੁਝ ਕਹਿ ਦਿੰਦਾ ਸੀ, ਕਦੇ ਕੁਝ ਕਹਿ ਦਿੰਦਾ ਸੀ। ਸਖਤੀ ਨਾਲ ਜਦੋਂ ਪੁੱਛਿਆ ਗਿਆ ਤੇ ਫਿਰ ਉਹ ਮੰਨ ਗਿਆ, ਅਸਲ ਦੇ ਵਿੱਚ ਉਹਨੇ ਆਪਦੇ ਪੁੱਤ ਦਾ ਕਤਲ ਆਪ ਹੀ ਕੀਤਾ, ਉਹਨੇ ਸੂਏ ਮਾਰ ਮਾਰ ਕੇ ਆਪਦੇ ਪੁੱਤ ਦਾ 3 ਸਾਲ ਦੇ ਦਾ ਕਤਲ ਕਰਤਾ ਤੇ ਫਿਰ ਉਹਨੂੰ ਗੰਦੇ ਨਾਲੇ 'ਚ ਸੁੱਟਤਾ ਤੇ ਹੁਣ ਮੁੰਡੇ ਦੀ ਲਾਸ਼ ਗੰਦੇ ਨਾਲੇ ਦੇ ਵਿੱਚੋਂ ਮਿਲ ਗਈ ਆ। ਮੇਰਾ ਖਿਆਲ ਹੈ ਵੀ ਪੁਲਿਸ ਅੱਜ ਕੱਲ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਵੀ ਦੇਊਗੀ ਕਿ ਭਾਈ ਇਹਨੇ ਕਿਉਂ ਮਾਰਿਆ, ਇਹਨੇ ਕੀ ਕਬੂਲ ਕੀਤਾ। ਪਰ ਹੈਰਾਨੀ ਹੋਈ ਹੈ, ਦੁੱਖ ਵੀ ਹੋਇਆ ਵੀ ਪੰਜਾਬ ਦੇ ਵਿੱਚ ਬੰਦਾ ਬੰਦੇ ਨੂੰ ਆਪਦਿਆਂ ਨੂੰ ਵੀ ਕਿਵੇਂ ਮਾਰੀ ਜਾਂਦਾ, ਕੋਈ ਆਪਦੀ ਧੀ ਮਾਰੀ ਜਾਂਦਾ,
ਕੋਈ ਆਪਦਾ ਪੁੱਤ ਮਾਰੀ ਜਾਂਦਾ, ਕਿਸੇ ਥਾਂ ਦੇ ਉੱਤੇ ਮਾਪੇ ਆ ਜਿਹੜੇ ਕਿਸੇ ਆਪਣੇ ਦਾ ਕਤਲ ਕਰੀ ਜਾਂਦੇ ਆ। ਸੋ ਇਹ ਪਤਾ ਨਹੀਂ ਕੀ ਪਿਰਤ ਪੈ ਗਈ ਆ, ਪਰ ਇਹ ਆਪਣੇ ਆਪ ਦੇ ਵਿੱਚ ਬੜੀ ਝੰਜੋੜਨ ਵਾਲੀ ਖਬਰ ਹੈ ਵੀ ਬੰਦਾ ਤਾਂ ਮੰਗ ਮੰਗ ਕੇ ਰੱਬ ਦੇ ਕੋਲੋਂ ਨਿਆਣੇ ਲੈਂਦਾ, ਪੁੱਤਰ ਮਿੱਠੜੇ ਮੇਵੇ ਰੱਬ ਸਭ ਨੂੰ ਦੇਵੇ, ਅਸੀਂ ਇਹ ਗੱਲ ਕਹਿੰਦੇ ਹਾਂ, ਪਰ ਗੱਲ ਹੈ ਵੀ ਇਸ ਥਾਂ ਦੇ ਉੱਤੇ 3 ਸਾਲ ਦਾ ਬੱਚਾ ਆਪਦਾ ਹੀ ਮਾਰਤਾ। ਹੈਰਾਨੀ ਹੁੰਦੀ ਹੈ ਵੀ ਇੱਦਾਂ ਦੇ ਮਨੁੱਖ ਕੀ ਹੋਣਗੇ, ਜਿਹੜੇ ਬੰਦੇ ਆਪਦੇ ਬੱਚਿਆਂ ਦੇ, ਜਿਹੜੇ ਬੱਚੇ ਆਪਦੇ ਮਾਂ ਬਾਪ ਦੇ ਸਕੇ ਨਹੀਂ, ਉਹ ਕਿਹੜੇ ਪਿੰਡ ਦੇ, ਕਿਹੜੇ ਪੰਜਾਬ ਦੇ, ਕਿਹੜੇ ਮੁਹੱਲੇ ਦੇ, ਕਿਹੜੀ ਪੱਤੀ ਦੇ, ਕਿਹਦੇ ਹੋਰ ਸਕੇ ਹੋਣਗੇ। ਸੋ ਪੰਜਾਬ ਦੇ ਵਿੱਚ ਇਹੋ ਜਿਹੇ ਵੀ ਮਾਨਸਿਕ ਤੌਰ ਦੇ ਉੱਤੇ ਗਰੀਬ ਲੋਕਾਂ ਦੀ, ਮਾਨਸਿਕ ਤੌਰ 'ਤੇ ਰੋਗੀ ਲੋਕਾਂ ਦੀ ਘਾਟ ਨਹੀਂ ਹੈ, ਜਿਹੜੇ ਆਪਦਾ ਗੁੱਸਾ ਆਪਦਾ ਹਰਖ ਮੱਠਾ ਕਰਨ ਦੇ ਲਈ ਅਤੇ ਇੱਦਾਂ ਦੀ ਕਰਤੂਤ ਕਰਦੇ ਆ। ਹੋ ਸਕਦਾ ਇਹ ਘਰੇ ਲੜਿਆ ਹੋਵੇ, ਹੋ ਸਕਦਾ ਵੋਟੀ ਨਾਲ ਨਾ ਬਣਦੀ ਹੋਵੇ, ਪਤਾ ਨਹੀਂ ਕੀ ਕਾਰਨ ਹੋਊਗਾ, ਪੜਤਾਲ ਦੇ ਵਿੱਚੋਂ ਨਿਕਲ ਕੇ ਆਊਗਾ। ਪਰ ਦੇਖੋ ਵੀ ਆਪਦੇ ਬੱਚੇ ਨੂੰ ਮਾਰ ਦੇਣਾ, ਇਹ ਵੀ ਇਹਨਾਂ ਲੋਕਾਂ ਦੇ ਲਈ ਕਿੰਨਾ ਸੌਖਾ ਕੰਮ ਬਣ ਗਿਆ ਜੀ। ਜੀ ਬਿਲਕੁਲ ਸਹੀ ਕਿਹਾ ਤੁਸੀਂ ਪਹਿਲਾਂ ਸਾਹਿਬ। ਖੈਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਹੁਣ ਮੰਤਰੀ ਸੰਦੀਪ ਸਿੰਘ ਹੋਰਾਂ ਦੀ। ਪਹਿਲਾਂ ਵੀ ਬਹੁਤ ਵਾਰ ਸਾਡੇ ਵਾਲਾ ਰੇਡੀਓ ਦੇ ਉੱਪਰ ਆਪਾਂ ਉਹਨਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਨੇ, ਔਰ ਕਹਿੰਦੇ ਆ ਕਿ ਹੁਣ ਮੰਤਰੀ ਸੰਦੀਪ ਸਿੰਘ ਹੋਰਾਂ ਦੇ ਉੱਪਰ ਦੋਸ਼ ਲਾਉਣ ਵਾਲੀ ਜਿਹੜੀ ਕੋਚ ਹੈ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਜੀ। ਬਿਲਕੁਲ ਜੀ ਬਿਲਕੁਲ, ਮੰਤਰੀ ਸੰਦੀਪ ਸਿੰਘ ਦੇ ਉੱਤੇ ਕੋਚ ਨੇ ਜਿਹੜੀ ਦੋਸ਼ ਲਾਏ ਸੀਗੇ ਉਹਦੇ ਉੱਤੇ ਹੀ ਕਾਰਵਾਈ ਹੋ ਗਈ ਆ, ਉਹਦੇ ਕਹੇ ਦੇ ਉੱਤੇ ਕਾਰਵਾਈ ਨਹੀਂ ਹੋਈ, ਉਹਦੇ ਉੱਤੇ ਕਾਰਵਾਈ ਹੋ ਗਈ ਹੈ। ਤੇ ਆਪਾਂ ਕਹਿ ਸਕਦੇ ਹਾਂ ਵੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਕਹਿ ਦਈਏ, ਜਾਂ ਕਹਿ ਦਈਏ ਤਕੜੇ ਦਾ ਸੱਤੀ ਮੀਹੀ ਸੌ ਹੁੰਦਾ, ਕਿਉਂਕਿ ਇੱਥੇ ਤਾਂ ਉਹਨੂੰ ਵਿਚਾਰੀ ਨੂੰ ਬਰਖਾਸਤ ਹੀ ਕਰਤਾ, ਕਿਉਂਕਿ ਇਸ ਔਰਤ ਨੇ ਗੱਲ ਕਹੀ ਸੀ ਕਿ ਜਿਹੜਾ ਹਰਿਆਣੇ ਦਾ ਕੈਬਨਿਟ ਮੰਤਰੀ ਸੰਦੀਪ ਸਿੰਘ ਆ, ਜਿਹਦੇ ਕੋਲ ਉਦੋਂ ਖੇਡ ਮਹਿਕਮਾ ਵੀ ਸੀ, ਉਹਨੇ ਕਿਹਾ ਸੀ ਜੀ ਕਿ ਇਹਦੇ ਵੱਲੋਂ ਮੇਰਾ ਸ਼ੋਸ਼ਣ ਕੀਤਾ ਗਿਆ, ਕੰਮ ਬਦਲੇ ਸਮਝੌਤੇ ਵਾਲੀ ਗੱਲ ਕਹੀ ਗਈ ਹੈ। ਲਓ ਜੀ, ਰਾਜਨੀਤਿਕ ਮੁੱਦਾ ਬਣ ਗਿਆ, ਇਸ ਮਾਮਲੇ 'ਤੇ ਕਾਰਵਾਈ ਹੋਈ ਅਤੇ ਸੰਦੀਪ ਸਿੰਘ ਦੇ ਕੋਲੋਂ ਖੇਡ ਮਹਿਕਮਾ ਵਾਪਸ ਲੈ ਲਿਆ ਮਨੋਹਰ ਲਾਲ ਖੱਟੜ ਹੋਰਾਂ ਨੇ, ਜਿਹੜਾ ਹੁਣ ਖੱਟੜ ਹੋਰਾਂ ਦੇ ਕੋਲ ਹੀ ਆ। ਹੁਣ ਸੰਦੀਪ ਸਿੰਘ ਕੈਬਨਿਟ ਮੰਤਰੀ ਤਾਂ ਹੈ, ਪਰ ਇੱਕ ਹੋਰ ਜਿਹੜਾ ਉਹ ਮਹਿਕਮਾ ਹੈਗਾ ਉਹਦੇ ਕੋਲ। ਪਰ ਦੇਖੋ, ਇਸ ਔਰਤ ਨੂੰ 4 ਮਹੀਨੇ ਤੋਂ, ਇਸ ਕੋਚ ਔਰਤ ਨੂੰ 4 ਮਹੀਨੇ ਤੋਂ ਸਟੇਡੀਅਮ ਦੇ ਅੰਦਰ ਐਂਟਰੀ ਤੋਂ ਮਨਾ ਕਰ ਦਿੱਤਾ ਗਿਆ। ਜਦੋਂ ਐਂਟਰੀ ਨਹੀਂ ਕਰ ਸਕੀ ਤਾਂ ਫਿਰ ਪ੍ਰੈਕਟਿਸ ਨਹੀਂ ਹੋਈ, ਜਦੋਂ ਪ੍ਰੈਕਟਿਸ ਨਹੀਂ ਹੋਈ ਤਾਂ 3 ਨੈਸ਼ਨਲ ਮੁਕਾਬਲੇ ਛੁੱਟ ਗਏ ਆ। ਸੋ ਇਹ ਵਿਚਾਰੀ ਹੁਣ ਔਖੇ ਵੇਲੇ ਦੇ ਵਿੱਚ ਆ। ਫਿਰ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਵੀ ਇਹ ਜਿਹੜੀ ਔਰਤ ਕੋਚ ਆ, ਇਹਨੇ ਇਹ ਗੱਲ ਕਹੀ ਹੈ ਜੀ ਕਿ ਮੈਨੂੰ ਤਾਂ ਇੱਥੇ ਬਿਲਕੁਲ ਨਹੀਂ ਮਾਨਤਾ ਦਿੱਤੀ ਜਾਂਦੀ, ਅਤੇ ਅੱਗੋਂ ਜਿਹੜੇ ਖੇਡਾਂ ਦੇ ਅਧਿਕਾਰੀ ਆ ਉਹ ਕਹਿੰਦੇ ਵੀ ਇਸ ਕਰਕੇ ਇਹਦੀ ਨਾ ਇੱਥੋਂ ਐਂਟਰੀ ਬੈਨ ਕੀਤੀ ਗਈ ਆ ਇੱਥੇ ਸਟੇਡੀਅਮ ਦੇ ਵਿੱਚੋਂ, ਕਿਉਂਕਿ ਇਹਨੇ ਖੁਦ ਕਿਹਾ ਸੀ ਕਿ ਮੇਰੀ ਜਾਨ ਨੂੰ ਖਤਰਾ ਹੈ। ਅਤੇ ਜੇਕਰ ਭਾਈ ਇਹ ਸਟੇਡੀਅਮ ਦੇ ਵਿੱਚ ਖੇਡਦੀ ਹੋਈ, ਪ੍ਰੈਕਟਿਸ ਕਰਦੀ ਹੋਈ, ਅਤੇ ਇੱਥੇ ਕੋਈ ਹਮਲਾ ਹੋ ਗਿਆ ਅਤੇ ਫਿਰ ਬਾਕੀ ਖਿਡਾਰੀਆਂ ਦਾ ਵੀ ਨੁਕਸਾਨ ਕਰੂਗੀ, ਇਸ ਕਰਕੇ ਇਹਦੀ ਐਂਟਰੀ 'ਤੇ ਬੈਨ ਲੱਗਾ। ਸੋ ਇਹ ਖਬਰ ਬਹੁਤ ਵੱਡੀ ਆ ਵੀ ਜਿਹਨੇ ਦੋਸ਼ ਲਾਏ ਸਨ ਕਾਰਵਾਈ ਉਹਦੇ ਉੱਤੇ ਹੀ ਹੋ ਗਈ, ਉਹਨੂੰ ਹੀ ਸਸਪੈਂਡ ਕਰ ਦਿੱਤਾ ਗਿਆ, 4 ਮਹੀਨੇ ਤੋਂ ਉਹਨੂੰ ਸਸਪੈਂਡ ਕੀਤਾ ਹੋਇਆ। ਸੋ ਬਾਕੀ ਉਹ ਵਿਲਕਦੀ ਆ ਅਤੇ ਉਹਦੀ ਕੌਣ ਬਾਂਹ ਫੜਦਾ, ਬਾਕੀ ਰਾਜਨੀਤਿਕ ਪਾਰਟੀਆਂ ਇਸ ਗੱਲ ਦਾ ਮੁੱਦਾ ਕਿਵੇਂ ਬਣਾਉਂਦੀਆਂ ਇਹ ਵਕਤ ਦੱਸੂਗਾ। ਪਰ ਉਦੋਂ ਇਹ ਚਰਚਾ ਦੇ ਵਿੱਚ ਬਹੁਤ ਵੱਡੀ ਖਬਰ ਆਈ ਸੀ ਵੀ ਕਿਸ ਤਰੀਕੇ ਦੇ ਨਾਲ ਇੱਕ ਕੈਬਨਿਟ ਮੰਤਰੀ ਹੈ ਜਿਹੜਾ ਹਰਿਆਣੇ ਦਾ, ਜਿੱਥੇ ਕਿ ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਦੀਆਂ ਗੱਲਾਂ ਚੱਲਦੀਆਂ, ਉਹਦੇ ਵੱਲੋਂ ਦੇਖੋ ਆਹ ਕੀ ਕੁਝ ਕੀਤਾ ਗਿਆ ਜੀ। ਜੀ ਬਿਲਕੁਲ ਸਰ, ਮੁੜ ਤੋਂ ਪੰਜਾਬ ਦੀ ਗੱਲ ਕਰਦੇ ਹਾਂ ਜੀ। ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਪੰਚਾਇਤਾਂ ਜਿਹੜੀਆਂ ਨੇ ਉਹ ਭੰਗ ਕਰ ਦਿੱਤੀਆਂ ਗਈਆਂ ਨੇ, ਔਰ ਕਹਿੰਦੇ ਆ ਕਿ ਹੁਣ ਇਸ ਨੂੰ ਲੈ ਕੇ ਸਿਆਸਤ ਬਹੁਤ ਜ਼ਿਆਦਾ ਭੱਖੀ ਹੋਈ ਹੈ। ਉਧਰ ਢੀਂਡਸਾ ਸਾਹਿਬ ਤੋਂ ਬਿਆਨ ਆਇਆ, ਉਹ ਕਹਿੰਦੇ ਪੰਜਾਬ ਸਰਕਾਰ ਸਰਪੰਚਾਂ ਨੂੰ 5 ਸਾਲ ਪੂਰੇ ਕਰਨ ਦੇਵੇ। ਬਿਲਕੁਲ ਬਿਲਕੁਲ, ਦੇਖੋ ਜੀ ਗੱਲ ਇਹ ਹੈ ਵੀ ਜਦੋਂ 4.5 ਮਹੀਨੇ ਹਾਲੇ ਬਾਕੀ ਆ ਤੇ 4.5 ਮਹੀਨੇ ਪਹਿਲਾਂ ਹੀ ਪੰਚਾਇਤਾਂ ਭੰਗ ਕਰਨ ਦੀ ਕੋਈ ਤੁਕਤਾ ਨਹੀਂ ਸੀ ਬਣਦੀ, ਪਰ ਕਰ ਦਿੱਤੀਆਂ। ਜਦੋਂ ਪੰਚਾਇਤਾਂ ਭੰਗ ਕਰਤੀਆਂ ਤਾਂ ਫਿਰ ਪਿੰਡਾਂ ਦੇ ਕਈਆਂ ਦੇ ਵਿਕਾਸ ਦੇ ਕੰਮ ਵੀ ਰੁਕ ਗਏ। ਸੋ ਹੁਣ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਕਿਹਾ ਜੀ ਕਿ ਪੰਚਾਇਤਾਂ ਚੁਣੀਆਂ ਜਾਣਗੀਆਂ 5 ਸਾਲ ਵਾਸਤੇ, ਤੁਸੀਂ ਉਹਨਾਂ ਨੂੰ 4.5 ਮਹੀਨੇ ਪਹਿਲਾਂ ਹੀ ਜਿਹੜਾ ਉਹ ਭੰਗ ਕਰਤਾ, ਇਹਨਾਂ ਨੂੰ ਆਪਣੇ 5 ਸਾਲ ਤਾਂ ਪੂਰੇ ਕਰਨ ਦੇ ਦਿੰਦੇ, ਇਹਨਾਂ ਦਾ ਕਸੂਰ ਕੀ ਆ? ਇਹਨਾਂ ਨੇ ਕੋਈ ਗਲਤ ਕੰਮ ਕੀਤਾ? ਕੋਈ ਹੋ ਸਕਦਾ ਵੀ ਕੋਈ 1, 2, 3, 5, 7, 10 ਪੰਚਾਇਤਾਂ ਜਿਹੜੀਆਂ ਉਹਨਾਂ ਦਾ ਕੋਈ ਕੰਮ ਸਹੀ ਨਾ ਹੋਵੇ, ਸੰਤੁਸ਼ਟੀਜਨਕ ਨਾ ਹੋਵੇ, ਪਰ ਸਾਰੀਆਂ ਪੰਚਾਇਤਾਂ ਨੂੰ ਭੰਗ ਕਰ ਦੇਣਾ ਤੇ ਭਾਈ ਇਹ ਕਿਹੜੀ ਤੁੱਕ ਬਣਦੀ ਆ, ਇਹ ਕਿਹੜੇ ਪੰਜਾਬ ਦਾ ਫਾਇਦਾ ਕਰਨ ਵਾਲੀ ਗੱਲ ਆ? ਸੋ ਉਹਨਾਂ ਨੇ ਸਵਾਲ ਕੀਤਾ ਜੀ ਪੰਜਾਬ ਦੀ ਸਰਕਾਰ ਨੂੰ, ਇਹ ਸਵਾਲ ਪੰਜਾਬ ਦੇ ਆਮ ਲੋਕ ਵੀ ਕਰ ਰਹੇ ਆ ਵੀ ਭਾਈ ਇਹਦਾ ਕਸੂਰ ਕੀ ਹੈ ਲੋਕਾਂ ਦਾ? ਹੁਣ ਲੋਕ ਆ ਜਿਹੜੇ ਉਹ ਆਪਣਾ ਮਸਲਾ ਲੈ ਕਿਹਦੇ ਕੋਲੇ ਜਾਇਆ ਕਰਨ? ਸੋ ਇਹ ਪੰਚਾਇਤਾਂ ਇੰਨੀ ਛੇਤੀ ਭੰਗ ਕਰਨ ਦੀ ਗੱਲ ਹਾਲੇ ਤੱਕ ਕਿਸੇ ਦੇ ਵੀ ਪਿੜ ਪੱਲੇ ਨਹੀਂ ਪਈ ਵੀ ਇਹ ਕਿਉਂ ਕਰ ਦਿੱਤੀਆਂ ਗਈਆਂ। ਬਾਕੀ ਚਲੋ ਦੇਖਦੇ ਹਾਂ ਵੀ ਐਤਕੀ ਸਰਬਸੰਮਤੀਆਂ ਕਿੰਨੀਆਂ ਕੁ ਹੁੰਦੀਆਂ, ਆਮ ਤੌਰ ਦੇ ਉੱਤੇ ਕਈ ਪਿੰਡਾਂ 'ਚ ਹੋ ਵੀ ਜਾਂਦੀਆਂ, ਕਈ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਉਹ ਐਵੇਂ ਢੁੱਚਰ ਜਿਹੀ ਡਾਹ ਕੇ ਤੇ ਮੁਕਾਬਲਾ ਵੀ ਖੜਾ ਕਰ ਜਾਂਦਾ ਹੁੰਦਾ,
ਪਰ ਐਤਕੀ ਵੱਧ ਤੋਂ ਵੱਧ ਸਰਬਸੰਮਤੀਆਂ ਹੋਣ, ਪਿੰਡਾਂ ਦੇ ਵਿੱਚ ਝੇੜੇ ਨਾ ਹੋਣ, ਪਿੰਡਾਂ ਦੇ ਲੋਕ ਭਾਈਚਾਰਕ ਸਾਂਝ ਨਾਲ ਰਹਿਣ, ਇਹਦੀ ਅਸੀਂ ਅਰਦਾਸ ਕਰਦੇ ਹਾਂ। ਜੀ ਬਿਲਕੁਲ ਸਰ, ਬਹੁਤ ਬਹੁਤ ਸ਼ੁਕਰੀਆ ਸਰ, ਅੱਜ ਲਈ ਇੰਨੇ ਜੀ, ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ, ਮਿਹਰਬਾਨੀ। ਮਿਹਰਬਾਨੀ।